ਜ਼ਿਲ੍ਹਾ ਵਾਰ ਐਸੋਸੀਏਸ਼ਨ ਦੀ ਚੋਣਾਂ ਨੂੰ ਲੈ ਕੇ ਡੋਰ ਟੂ ਡੋਰ ਕੈਂਪੇਨ ਜਾਰੀ ਹੈ। ਇਹ ਪ੍ਰਚਾਰ ਐਡਵੋਕੇਟ ਸੁਸ਼ਮਾ ਦਵਿਕਤਾ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਉੱਥੇ ਤੁਹਾਨੂੰ ਦੱਸ ਦੇਈਏ ਕਿ ਜ਼ਿਲ੍ਹਾ ਵਾਰ ਐਸੋਸੀਏਸ਼ਨ ਦੀਆਂ ਚੋਣਾਂ 5 ਅਪ੍ਰੈਲ 2019 ਨੂੰ ਤੈਅ ਕੀਤੀਆਂ ਗਈਆਂ ਨੇ, ਜਿਸ 2800 ਐਡਵੋਕੇਟ ਇੱਕ ਦੂਸਰੇ ਨੂੰ ਟੱਕਰ ਦੇਣਗੇ। ਉੱਥੇ ਡੋਰ ਟੂ ਡੋਰ ਕੈਂਪੇਨ ਦੌਰਾਨ ਸੁਸ਼ਮਿਤਾ ਦਵਿਕਤਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਚੋਣਾਂ ਦੇ ਦਿਨੋਂ ਕਚਹਿਰੀ 'ਚ ਆ ਕੇ ਵੋਟ ਜ਼ਰੂਰ ਪਾਉਣ। ਉਹਨਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਐਡਵੋਕੇਟਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨੂੰ ਲੈ ਕੇ ਚੁਣਾਵਾਂ ਦਾ ਮਾਹੌਲ ਗਰਮਾਇਆ ਗਿਆ ਹੈ। ਜੋ ਵਕੀਲ ਸਾਹਿਬਾਨ ਹੈ ਉਹ ਇਮਾਨਦਾਰੀ ਨਾਲ ਚੰਗੀ ਸੋਚ ਨਾਲ ਆਪਣੇ ਕਲਾਇੰਟਸ ਲਈ ਆਪਣੀ ਸੁਸਾਇਟੀ ਲਈ ਉੱਥੇ ਕਚਹਿਰੀ 'ਚ ਕੰਮ ਕਰਨ, ਕਿਰਦਾਰ ਆਪਣੇ ਆਪ ਵੱਡਾ ਹੋ ਜਾਣਾ ਅਤੇ ਜੁਡੀਸ਼ਰੀ ਦੇ ਜਿਹੜੇ ਫੈਸਲੇ ਹੈ ਉਹ ਵੀ ਜ਼ਰੂਰ ਉਹਨਾਂ ਦੇ ਹੱਕ 'ਚ ਹੋਣਗੇ, ਫੈਲ ਵੀ ਖੁਸ਼ ਹੋ ਜਾਣਗੇ। ਮੈਂ ਸਮਝਦਾ ਸਾਨੂੰ ਵਕੀਲਾਂ ਨੂੰ ਇੱਕ ਮੁੱਠ ਹੋ ਕੇ ਇਹ ਕੰਮ ਜ਼ਰੂਰ ਕਰਨਾ ਪਊਗਾ ਕਿ ਸੈਲਾਂ ਨੂੰ ਇਨਸਾਫ ਦਵਾਈਏ। ਜੇ ਉਹਨਾਂ ਨੂੰ ਦਵਾਵਾਂਗੇ ਤਾਂ ਫਿਰ ਅਸੀਂ ਤਾਂ ਕਿਧਰੋਂ ਵੀ ਨਹੀਂ ਇਨਸਾਫ ਲੈ ਸਕਦੇ। ਮੈਂ ਐਡਵੋਕੇਟ ਸੀਮਾ ਡਿਸਟ੍ਰਿਕਟ ਕੋਰਟ ਲੁਧਿਆਣਾ ਤੋਂ, ਜੋ ਕਿ 5 ਅਪ੍ਰੈਲ ਨੂੰ ਇੱਥੇ ਇਲੈਕਸ਼ਨ ਹੋਣ ਜਾ ਰਹੀ ਹਾਂ, ਉਹਦੇ ਵਿੱਚ ਸਾਡੇ ਵੱਡੇ ਭਰਾ ਐਡਵੋਕੇਟ ਰਜਿੰਦਰਪਾਲ ਸਿੰਘ ਬੱਬਰ ਜੀ ਖੜ੍ਹੇ ਫੋਰ ਦਾ ਪੋਸਟ ਆਫ ਵਾਈਸ ਪ੍ਰੈਜ਼ੀਡੈਂਟ। ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰ ਰਹੇ ਹਾਂ, ਮੈਨੂੰ ਲੱਗਦਾ ਕਿ ਉਹ ਡਿਜ਼ਰਵਿੰਗ ਕੈਂਡੀਡੇਟ ਵੀ ਆ। ਅਸੀਂ ਉਹਨਾਂ ਦੀ ਪੂਰੀ ਸਪੋਰਟ ਕਰਾਂਗੇ ਅਤੇ ਉਹਨਾਂ ਨੂੰ ਜਿਤਾਵਾਂਗੇ ਵੀ, ਜਿਤਾਵਾਂਗੇ ਵੋਟ ਬੱਬਰ ਨੂੰ ਪਾਵਾਂਗੇ। ਮੈਂ ਸ਼ਾਮ ਸੁੰਦਰ ਊਜਾ ਐਡਵੋਕੇਟ ਡਿਸਟ੍ਰਿਕਟ ਕੋਰਟਸ ਲੁਧਿਆਣਾ ਅਤੇ 5/4/2019 ਨੂੰ ਸਾਡੇ ਇਸ ਵਾਰੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਵਿੱਚ ਇਲੈਕਸ਼ਨ ਚੱਲ ਰਹੇ ਨੇ ਅਤੇ ਮੈਂ ਬਤੌਰ ਸੈਕਟਰੀ ਇਸ ਇਲੈਕਸ਼ਨ ਦੇ ਵਿੱਚ ਕੰਟੈਸਟ ਕਰ ਰਿਹਾ ਅਤੇ ਮੇਰਾ ਏਜੰਡਾ ਇਹ ਹੈ ਕਿ ਜੋ ਸਾਨੂੰ ਵਕੀਲ ਭਰਾਵਾਂ ਨੂੰ ਕੋਰਟਸ ਦੇ ਵਿੱਚ ਰੀਸੈਂਟ ਬਹੁਤ ਜ਼ਿਆਦਾ ਪ੍ਰੋਬਲਮਸ ਵੱਧ ਗਈਆਂ ਕਿ ਜੱਜਿਸ ਹੈ ਜੋ ਸਾਡੇ ਵਕੀਲ ਭਰਾਵਾਂ ਨਾਲ ਸੀਨੀਅਰਸ ਨਾਲ ਈਵਨ ਕਿ ਸੀਨੀਅਰਸ ਨਾਲ ਵੀ ਬਹੁਤ ਡਿਸਰਿਸਪੈਕਟ ਕਰਦੇ ਆ, ਕੋਈ ਕੋਪਰੇਸ਼ਨ ਨਹੀਂ ਹੈਗੀ, ਕਿਸੇ ਵੀ ਤਰ੍ਹਾਂ ਦੀ ਡਿਸਕੋਪਰੇਸ਼ਨ ਜਾਂ ਜੋ ਕਿ ਇਨਸਲਟ ਹੋ ਰਹੀ ਹੈ ਇਹ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ। ਮੇਰਾ ਵਕੀਲ ਭਰਾਵਾਂ ਨੂੰ ਇਹ ਪੂਰਾ ਯਕੀਨ ਦਿਵਾਉਣਾ ਕਿ ਜੇਕਰ ਮੈਂ ਇਸ ਅਹੁਦੇ 'ਤੇ ਆਉਣਾ ਮੈਨੂੰ ਜਿੱਤ ਮਿਲਦੀ ਹੈ ਅਤੇ ਜ਼ੀਰੋ ਟੋਲਰੈਂਸ ਟੁਵਾਰਡਸ ਦੀ ਜਿਹੜੀ ਐਟੀਚਿਊਡ ਹੈ, ਜਿਹੜਾ ਜੱਜਿਸ ਦਾ ਰੋਂਗ ਐਟੀਚਿਊਡ ਹੈ ਇਹਦੇ ਵਿਰੁੱਧ ਸ਼ੋ ਕੀਤੀ ਜਾਊਗੀ ਅਤੇ ਕਿਸੇ ਵੀ ਤਰ੍ਹਾਂ ਨਾਲ ਇਸ ਨੂੰ ਅਸੈਪਟ ਨਹੀਂ ਕੀਤਾ ਜਾਏਗਾ। ਜੋ ਰਿਸਪੈਕਟ ਸਾਡੇ ਵਕੀਲਾਂ ਨੂੰ ਪਹਿਲਾਂ ਮਿਲਦੀ ਸੀ, ਸਾਡੇ ਸੀਨੀਅਰਸ ਨੂੰ ਪਹਿਲਾਂ ਮਿਲਦੀ ਸੀ, ਉਹੀ ਬਹਾਲ ਕੀਤੀ ਜਾਏਗੀ, ਵਕੀਲਾਂ ਦੀ ਡਿਗਨਿਟੀ ਬਹਾਲ ਕੀਤੀ ਜਾਏਗੀ। ਇਸੇ ਤਰ੍ਹਾਂ ਬਾਰ ਦੇ ਵਿੱਚ ਹੋਰ ਵੀ ਮੁੱਦੇ ਆ, ਕਾਫੀ ਪਾਰਕਿੰਗ ਨੂੰ ਲੈ ਕੇ ਸਮੱਸਿਆ ਹੈ, ਕੰਪਲੈਕਸ ਦੀ ਸਫਾਈ ਨੂੰ ਲੈ ਕੇ ਸਮੱਸਿਆ ਹੈ, ਇਹ ਜ਼ਰੂਰ ਸਿਰੇ ਚੜਾਉਣੀ ਹੈ। ਹੋਰ ਵੀ ਜਿੱਥੇ ਵੀ ਮੇਰੀ ਭੈਣਾਂ ਨੂੰ ਲੋੜ ਹੈ ਅਤੇ ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜਾ। ਸਾਡੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਇਲੈਕਸ਼ਨ 5 ਅਪ੍ਰੈਲ 2019 ਨੂੰ ਹੋਣ ਜਾ ਰਹੇ ਨੇ, ਜਿਹਦੇ ਵਿੱਚ ਰਜਿੰਦਰਪਾਲ ਸਿੰਘ ਬੱਬਰ ਇਹ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਲੜ ਰਹੇ ਨੇ ਅਤੇ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਹੈਗੀ ਸਪੋਰਟ ਕੀਤੀ ਜਾਵੇ। ਅਸੀਂ ਵੀ ਇਹਨਾਂ ਦੀ ਸਪੋਰਟ ਕਰ ਰਹੇ ਹਾਂ ਅਤੇ ਵੱਧ ਤੋਂ ਵੱਧ ਵੋਟਾਂ 'ਤੇ ਜਿਤਾਇਆ ਜਾ। ਲੁਧਿਆਣਾ ਤੋਂ ਵਿਕਾਸ ਬਾਂਬਰੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦ ਟੀਵੀ, NRI।